ਇਹਦੇ ਵਿੱਚ ਮੇਨ ਜਿਹਨਾਂ ਨੇ ਗਾਇਆ ਉਹ ਲੋਇਨਾ ਕੌਰ ਅਤੇ ਇਹਦੇ ਵਿੱਚ ਫੀਚਰਿੰਗ ਮਿਲਾਵਟ ਭਾਅ ਜੀ ਕਰ ਰਹੇ ਨੇ ਔਰ ਲਿਆਉਣਾ ਜੀ ਇੰਟਰੋਡਕਸ਼ਨ ਆਪਣੀ ਦੇਣਗੇ ਅਤੇ ਬਾਕੀ ਭਾਅ ਜੀ ਨੂੰ ਸਾਰੇ ਜਾਣਦੇ ਨੇ ਅਤੇ ਇਹਦਾ ਵੀਡੀਓ ਬਣਾਇਆ ਜੀ ਮੈਂ ਸੰਦੀਪ ਸ਼ਰਮਾ ਅਤੇ ਇੱਧਰ ਭਾਅ ਜੀ ਬੈਠੇ ਨੇ ਹੀਰਾ ਸਿੰਘ ਜੀ ਇਹਨਾਂ ਕੋਲ ਸਿੱਖੇ ਨੇ ਲਿਆਉਣਾ ਸਿੰਘੀ कई बारी सोचा एवें कहदा प्यार हो गया होया भी तो होया इन्ना ज्यादा प्यार हो गया ओदे बिना रहना लगे बड़ा औखा मैं चुप रह के सार जानिया झट आख देना तोड़ देनी यारी ओथे फे मैं हार जानिया झट आख दिन तोड़ देनी यारी ओथे फे मैं हार जानिया जी सारयां नूं सत श्री अकाल जी आया तमाम मीडिया रिस्पेक्टेड मीडिया दा असीं धन्नवाद भी करदे हां जी आया करदे हां तुसीं सारे टाइम करके आए हो अज साडा गीत हां रिलीज होया ट्रिब्यू म्यूजिक के लेवल से असीं गाना रिलीज कर रहे हैं लोहना कौर जी ने यह गाना गाया मिस्टर पेंडू का ये म्यूजिक है डी हार्प के लिरिक्स ने और फीचर किया है ये एज ए मॉडल मुताबिक सो मैं और संदीप शर्मा भाजी जी ने वीडियो बनाई है एक बजे असी गाना यूट्यूब पर रिलीज कर जा रहे हैं इस लेवल से और बाकी कोई भी थोड़े जो क्वेश्चन ने वो तुम बारी बारी पूछ सकते हो अगली आवाज़ लोहना जी कंटिन्यू ही तारा छेड़ी रखदा प्यार दिया में अटदा ने पिछे एक नूर वादू मार दिया में वे थोड़ा थोड़ा चंगा लग दे चंगा लग दे चारनों से आपा मेरे पाएगा वे पूरी पानी अलड़ कोड़ो मैनू लगदा है हाँ करवाएगा टू बी ऑनेस्ट मैं आई वॉज इन नाइन्थ स्टैंडर्ड ਜਦੋਂ ਇਹਨਾਂ ਦਾ ਸੌਂਗ ਆਇਆ ਸੀ ਪ੍ਰਪੋਜ਼ਲ ਮੈਨੂੰ ਬਹੁਤ ਅੱਛਾ ਲੱਗਿਆ ਸੀ ਸੌਂਗ ਮੈਂ ਇਨਫੈਕਟ ਲਿਟਰਲੀ ਮੈਂ ਇਹਨਾਂ ਨੂੰ ਦੇਖ ਕੇ ਸੋਚ ਰਹੀ ਸੀ ਕਿ ਮੈਂ ਵੇਟ ਕਰ ਰਹੀ ਹਾਂ ਕਿ ਮੇਰਾ ਵੀ ਗਾਣਾ ਆਊਗਾ ਹੈ ਨਾ ਸੋ ਦੈਟਸ ਵਾਈ ਇਹਨਾਂ ਨੂੰ ਵਿੱਚ ਫਿਰ ਸਾਡੀ ਟੀਮ ਨੇ ਸੁਜੈਸਟ ਕੀਤਾ ਕਿ ਆਪਾਂ ਇਹਨਾਂ ਨੂੰ ਫੀਚਰਿੰਗ ਲਈ ਹੈ ਨਾ ਮਹਿਤਾਬ ਸਰ ਨੂੰ ਅਤੇ ਬਹੁਤ ਅੱਛੇ ਨੇ ਮੈਂ ਅਜੇ ਇੰਨਾ ਵੀ ਵੱਡਾ ਨਹੀਂ ਹੋਇਆ ਕਿ ਤੁਸੀਂ ਨੌਵੀਂ ਸੀ ਅਤੇ ਮੈਂ ਗਾਣਾ ਜਾਂ ਮੈਂ ਜ਼ਿਆਦਾ ਛੋਟਾ ਹੋਊਂਗਾ ਉਦੋਂ ਨਹੀਂ ਥੋੜ੍ਹਾ ਜਿਹਾ ਗਿਰ ਸੀ ਕੀਤਾ ਛੋਟੇ ਸੀ ਬਟ ਤੁਹਾਡਾ ਵੀ ਮੇ ਬੀ ਤੁਸੀਂ ਪਲੱਸ ਟੂ 'ਚ ਹੋਵੋਗੇ ਲੋਹਨਾ ਕੌਰ ਹਾਂਜੀ ਜੀ ਇਹ ਸਾਡੇ ਆਪਣੇ ਜਿਹੜੇ ਪ੍ਰੋਡਿਊਸਰ ਸਾਹਿਬ ਨੇ ਨਾ ਉਹਨਾਂ ਨਾਲ ਸਾਡੀ ਪੁਰਾਣੀ ਸਾਡੀ ਸਾਂਝ ਹੈ ਅਸੀਂ ਮਿਲਦੇ ਰਹਿੰਦੇ ਸੀ ਜਦੋਂ ਇਹਨਾਂ ਨੇ ਐਜ਼ ਐਨ ਆਰਟਿਸਟ ਨੂੰ ਰਿਲੀਜ਼ ਕਰਨਾ ਸੀ ਐਜ਼ ਅ ਫਸਟ ਤਾਂ ਉਹਨਾਂ ਨੇ ਇੱਕ ਰਿਕੁਐਸਟ ਕੀਤੀ ਕਿ ਚਲੋ ਜੇ ਬਾਈ ਤੁਸੀਂ ਕਰ ਦਿਓ ਤਾਂ ਸਾਡੇ ਲਈ ਵੀ ਇੱਕ ਚਿਹਰਾ ਮਿਲ ਜੂਗਾ ਸਾਨੂੰ ਤਾਂ ਮੈਂ ਇਹ ਜ਼ਰੂਰ ਕਿਹਾ ਸੀਗਾ ਕਿ ਮੈਂ ਆਡੀਓ ਇੱਕ ਵਾਰੀ ਸੁਣ ਲਵਾਂ ਕਿਉਂਕਿ ਜਿਸ ਪੋਜੀਸ਼ਨ 'ਤੇ ਅਸੀਂ ਖੜ੍ਹੇ ਹਾਂ ਸਾਡੀ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਜਿਸ ਕੰਮ ਦੇ ਵਿੱਚ ਜਾਣਾ ਉਹਦੀ ਸਾਨੂੰ ਪਰਫੈਕਟ ਨੌਲੇਜ ਹੋਣੀ ਚਾਹੀਦੀ ਹੈ ਆਪਾਂ ਆਡੀਓ ਦਾ ਥੋੜ੍ਹਾ ਜਿਹਾ ਰੁੱਖ ਕਰ ਲੈਂਦੇ ਪਰ ਜਦੋਂ ਮੈਂ ਗਾਣਾ ਸੁਣਿਆ ਤਾਂ ਮੈਨੂੰ ਅੱਛਾ ਲੱਗਿਆ ਗਾਣਾ ਕਿ ਜੋ ਅੱਜ ਕੱਲ੍ਹ ਰੋਮੈਂਟਿਕ ਰੋਮੈਂਸ ਚੱਲ ਰਿਹਾ ਉਹਦੇ ਵਿੱਚ ਇਹਨਾਂ ਨੇ ਇੱਕ ਦਿਖਾਇਆ ਹਾਂ ਮੈਨੂੰ ਜਸਟੀਫਾਈ ਲੱਗਿਆ ਤਾਂ ਮੈਂ ਸੋਚਿਆ ਕਿ ਚਲੋ ਆਪਾਂ ਕਰਦੇ ਹਾਂ ਸੋ ਬੇਸਿਕਲੀ ਜਦੋਂ ਪਤਾ ਲੱਗਾ ਗਾਣਾ ਪਹਿਲਾਂ ਆਇਆ ਜਦੋਂ ਫਿਰ ਪਤਾ ਲੱਗ ਗਈ ਮਹਿਤਾਬ ਭਾਅ ਜੀ ਕਰ ਰਹੇ ਨੇ ਫਿਰ ਉਹ ਐਗਜੈਕਟਲੀ ਜਿਸ ਤਰ੍ਹਾਂ ਸੋਨੇ ਦੇ ਸੁਹਾਗਾ ਹੁੰਦਾ ਨਾ ਮੇਰੀ ਸਟੋਰੀ ਵੀ ਉਸ ਤਰ੍ਹਾਂ ਦੀ ਸੀਗੀ ਅਤੇ ਜਿਸ ਤਰ੍ਹਾਂ ਦੀ ਭਾਅ ਜੀ ਦੀ ਪਰਸਨੈਲਿਟੀ ਹੈ ਸੌਫਟ ਜਿਹਾ ਕਿਉਂ ਕਿਹਾ ਮੁੰਡਾ ਅਤੇ ਸਟੋਰੀ ਦੇ ਉਸ ਹਿਸਾਬ ਨਾਲ ਅਸੀਂ ਥੋੜ੍ਹੀ ਮਾਡਲਿੰਗ ਵੀ ਕੀਤੀ ਅਤੇ ਬੇਸਿਕਲੀ ਇਹਦੇ ਵਿੱਚ ਇੱਕ ਲਵ ਸਟੋਰੀ ਹੈ ਅਤੇ ਮੁੰਡਾ ਇਹਦੇ ਵਿੱਚ ਹਰ ਸਾਲ ਕੁੜੀ ਵਾਸਤੇ ਕੇਕ ਲੈ ਕੇ ਆਉਂਦਾ ਔਰ ਕੁੜੀ ਇਗਨੋਰ ਕਰ ਦਿੰਦੀ ਹੈ ਅਤੇ ਇਸ ਸਾਲ ਮੁੰਡਾ ਫਿਰ ਥੋੜ੍ਹੀ ਹੋਰ ਸਟ੍ਰੈਟਜੀ ਅਪਣਾਉਂਦਾ ਕਿ ਕੇਕ ਵਾਲੀ ਸਕੀਮ ਤਾਂ ਫੇਲ ਹੋ ਜਾਂਦੀ ਹੈ ਫਿਰ ਲਾਸਟ 'ਤੇ ਇੱਕ ਸਰਪ੍ਰਾਈਜ਼ ਹੁੰਦਾ ਅਤੇ ਉੱਥੋਂ ਫਿਰ ਕਹਾਣੀ ਸਿੱਧੀ ਪੈ ਜਾਂਦੀ ਹੈ ਸੋ ਇਸ ਤਰ੍ਹਾਂ ਦੀ ਇੱਕ ਲਾਵੇਬਲ ਜੀ ਸਟੋਰੀ ਹੈ ਸ਼ੂਟ ਇਹ ਆਪਣਾ ਨਿਊ ਚੰਡੀਗੜ੍ਹ ਡੀ ਐਲ ਐਫ ਕਲੱਬ ਹੈ ਉੱਥੇ ਅਤੇ ਉੱਥੇ ਕਾਫੀ ਵਧੀਆ ਲੋਕੇਸ਼ਨ ਸੀਗੀ ਅਤੇ ਉਹਨੂੰ ਅਸੀਂ ਕਾਲਜ ਕ੍ਰੀਏਟ ਕੀਤਾ ਰਾਦਰ ਦੈਨ ਯੂਜਿੰਗ ਰੈਗੂਲਰ ਕਾਲਜ ਜਿਹੜੇ ਹਰ ਵੀਡੀਓ 'ਚ ਹੁੰਦੇ ਨੇ ਅਤੇ ਅਸੀਂ ਇੱਕ ਕਮਰਸ਼ੀਅਲ ਪ੍ਰੋਪਰਟੀ ਨੂੰ ਇਹਦੇ ਕਾਲਜ ਦੇ ਰੂਪ ਦੇ ਦਿੱਤੀ ਇਹ ਦੋ ਦਿਨ ਦਾ ਸ਼ੂਟ ਸੀਗਾ ਜੀ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਐਡ ਕਰਾਂ ਕਿ ਮੈਂ ਪਿਛਲੇ ਤਿੰਨ ਚਾਰ ਸਾਲਾਂ ਤੋਂ ਮੈਂ ਅਤੇ ਸੰਦੀਪ ਭਾਅ ਜੀ ਫੋਨ 'ਤੇ ਗੱਲਾਂ ਕਰਦੇ ਸੀ
ਤੇ ਮੈਂ ਇੱਕ ਵਾਰੀ ਯਾਦ ਆ ਮੈਂ ਕੈਨੇਡਾ ਤੇ ਭਾਜੀ ਨੇ ਮੈਨੂੰ ਵੀਡੀਓ ਕਾਲ ਕੀਤੀ ਤੇ ਭਾਜੀ ਸੀਗੇ ਆਸਟ੍ਰੇਲੀਆ ਸਰਤਾਜ ਭਾਈ ਨਾਲ ਤੁਸੀਂ ਟੂਰ ਤੇ ਸੀ ਤਾਂ ਮੈਨੂੰ ਕਹਿਣ ਲੱਗੇ ਕਿ ਯਾਰ ਮੈਂ ਵੀਡੀਓ ਕਰੀਏ ਆਪਾਂ ਪਲੈਨ ਕਰੀਏ ਵੀ ਬੜਾ ਟਾਈਮ ਹੋ ਗਿਆ ਵੀ ਸੋਚਦੇ ਹਾਂ ਉਹ ਕਰਦੇ ਕਰਾਉਂਦੇ ਚਲੋ 3-4 ਸਾਲ ਤਾਂ ਲੱਗੇ ਪਰ ਇਸ ਗਾਣੇ ਨੇ ਐਸਾ ਸਬੱਬ ਬਣਾਇਆ ਕਿ ਮੈਨੂੰ ਭਾਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਆਈ ਫੀਲ ਬਲੈਸ ਕਿ ਮੈਨੂੰ ਭਾਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜੀ ਆਪਾਂ ਗਾਣੇ ਹੁਣ ਰੈਡੀ ਨੇ ਸ਼ੂਟ ਕਰ ਚੁੱਕੇ ਹਾਂ ਬਸ ਅਸੀਂ ਡੇਟਸ ਅਨਾਊਂਸ ਕਰਨੀਆਂ ਨੇ ਮੈਂ ਤਾਂ ਚਲੋ ਪੁਰਾਣੀ ਹੈ ਜੇ ਤੁਸੀਂ ਸੁਣ ਰਹੇ ਹੋ ਹਾਂਜੀ ਮੈਂ ਆਪਣੇ ਬਾਰੇ ਦੱਸਦਿਆਂ ਮੇਰਾ ਨਾਮ ਹੀਰਾ ਸਿੰਘ ਹੈ ਅਤੇ ਬਹੁਤ ਸਾਰੇ ਸੈਲੀਬ੍ਰਿਟੀ ਸਿੰਗਰ ਮੇਰੇ ਤੋਂ ਸਿੱਖ ਚੁੱਕੇ ਸੁਨੰਦਾ ਸ਼ਰਮਾ ਕੌਰ ਵੀ ਬਾਣੀ ਸੰਧੂ ਬੀ ਜੇ ਰੰਧਾਵਾ ਗੁਰੀ ਹਰ ਚੀਮਾ ਆਪਣੀ ਅਕੈਡਮੀ ਹੈ ਕਰਟ ਦੇ ਵਿੱਚ ਉੱਥੇ ਮਹਾਰਾਜ ਦੀ ਕਿਰਪਾ ਹੋਈ ਚਲੋ ਇਹਨਾਂ ਨਾਲ ਮੁਲਾਕਾਤ ਹੋਈ ਹੈ ਇਹਨਾਂ ਦੇ ਬਹਾਨੇ ਮਹਿਤਾਬ ਜੀ ਨਾਲ ਮੁਲਾਕਾਤ ਹੋਈ ਹੈ ਆਪ ਜੀ ਨੂੰ ਇਹ ਗੁਜ਼ਾਰਿਸ਼ ਕਰਦਾ ਹਾਂ ਕਿ ਬੜਾ ਅੱਛਾ ਗੀਤ ਹੈ ਪਹਿਲਾਂ ਹੀ ਡੈਬਿਊ ਟਰੈਕ ਕੀਤਾ ਇਹਨਾਂ ਨੇ ਅਤੇ ਆਪ ਜੀ ਸਭ ਆਸ਼ੀਰਵਾਦ ਦਿਓ ਆਪ ਜੀ ਦੇ ਰਾਹੀਂ ਮੈਂ ਜੋ ਸਰੋਤੇ ਨੇ ਸੁਣਨ ਵਾਲੇ ਨੇ ਉਹਨਾਂ ਨੂੰ ਇਹ ਗੁਜ਼ਾਰਿਸ਼ ਕਰਦਾ ਕਿ ਸਾਰੇ ਆਪਣਾ ਪਿਆਰ ਦਿਓ ਸਾਰੇ ਖੂਬ ਸਪੋਰਟ